ਇਹ ਮਾਨ ਦੇ ਓਐਸਡੀ ਰਾਜਵੀਰ ਸਿੰਘ ਦੇ ਵੱਲੋਂ ਵਿਕਰਮਜੀਤ ਮਜੀਠੀਆ ਤੇ ਕੇਸ ਦਰਜ ਕਰਵਾਇਆ ਗਿਆ ਸੀ ਜੀ ਹਾਂ ਮਾਨਖਾਨੀ ਦਾ ਕੇਸ ਦਰਜ ਕਰਵਾਇਆ ਸੀ ਉਹਨਾਂ ਕਹਿੰਦੇ ਕਿ ਮੇਰੇ ਖਿਲਾਫ ਗਲਤ ਸ਼ਬਦਾਵਲੀ ਬੋਲੀ ਗਈ ਹੈ ਆ ਦੱਸਦੀ ਕਿ ਮੇਰੇ ਅਕਸ ਨੂੰ ਠੇਸ ਪਹੁੰਚੀ ਹੈ ਤਾਂ ਇਸ ਨੂੰ ਲੈ ਕੇ ਵਿਕਰਮ ਮਜੀਠੀਆ ਦੇ ਉੱਪਰ ਕੇਸ ਜੁੜਿਆ ਸੀ ਇਹ ਮਾਨ ਦੇ ਓਐਸਡੀ ਰਾਜਵੀਰ ਸਿੰਘ ਦੇ ਵੱਲੋਂ ਦਰਜ ਕਰਵਾਇਆ ਗਿਆ ਸੀ ਔਰ ਪਟੀਸ਼ਨ ਕੋਰਟ ਦੇ ਵਿੱਚ ਧਾਇਰ ਕਰਵਾਈ ਗਈ ਸੀ ਹੁਣ ਦੱਸਦੀ ਹੈ ਕਿ ਰਾਜਵੀਰ ਸਿੰਘ ਹੁਣਾਂ ਨੂੰ ਕੋਰਟ ਦੇ ਵੱਲੋਂ ਵੱਡੀ ਰਾਹਤ ਮਿਲੀ ਹੈ ਰਾਜਵੀਰ ਸਿੰਘ ਹੁਣਾਂ ਦੇ ਹੱਕ ਦੇ ਵਿੱਚ ਫੈਸਲਾ ਆਇਆ ਹੈ ਕੋਰਟ ਨੇ ਅੰਤਰੀਮ ਆਦੇਸ਼ ਦਿੱਤੇ ਨੇ ਵਿਕਰਮ ਮਜੀਠੀਆ ਹੁਣਾਂ ਨੂੰ ਕਿ ਸੋਸ਼ਲ ਮੀਡੀਆ ਤੇ ਜ ਕਿਸੇ ਵੀ ਪਲੇਟਫਾਰਮ ਤੇ ਰਾਜਵੀਰ ਸਿੰਘ ਦੇ ਖਿਲਾਫ ਕੋਈ ਵੀ ਗਲਤ ਟਿੱਪਣੀ ਜਿਹੜੀ ਹੈ ਉਹ ਨਾ ਕੀਤੀ ਜਾਵੇ ਕਿਉਂਕਿ ਮਾਨਹਾਨੀ ਦਾ ਕੇਸ ਜਿਹੜਾ ਆ ਰਾਜਵੀਰ ਸਿੰਘ ਹੁਣਾਂ ਨੇ ਕੀਤਾ ਸੀ ਕਿ ਬਿਕਰਮ ਮਜੀਠੀਆ ਹੁਣਾਂ ਨੇ ਮੇਰੇ ਖਿਲਾਫ ਗਲਤ ਸ਼ਬਦਾਵਲੀ ਵਰਤੀ ਹੈ ਮੇਰੇ ਤੇ ਜਾਂ ਇਲਜ਼ਾਮ ਲਾਏ ਨੇ ਜਿਸ ਕਰਕੇ ਮੇਰੇ ਅਕਸ ਨੂੰ ਠੇਸ ਪਹੁੰਚੀ ਹੈ ਤਾਂ ਇਹ ਮਾਮਲਾ ਜਦੋਂ ਕੋਰਟ ਦੇ ਵਿੱਚ ਗਿਆ ਤਾਂ ਹੁਣ ਕੋਰਟ ਨੇ ਇਸ ਦੇ ਉੱਪਰ ਫੈਸਲਾ ਸੁਣਾਇਆ ਹੈ ਬਿਕਰਮਜੀਤ ਮਜੀਠੀਆ ਹੁਣਾਂ ਨੂੰ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਸੋਸ਼ਲ ਮੀਡੀਆ ਜਾਂ ਕਿਸੇ ਵੀ ਪਲੇਟਫਾਰਮ ਤੇ ਵੈਸਟੀ ਰਾਜਵੀਰ ਸਿੰਘ ਦੇ ਖਿਲਾਫ ਆ ਕੁਝ ਵੀ ਨਹੀਂ ਬੋਲਿਆ ਜਾ ਸਕਦਾ ਜਿਹੜਾ ਉਹਨਾਂ ਦੇ ਅਕਸ ਨੂੰ ਠੇਸ ਪਹੁੰਚਾਏ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਰਾਜਵੀਰ ਸਿੰਘ ਹੁਣਾਂ ਨੂੰ ਲੈ ਕੇ ਟਿੱਪਣੀ ਜਿਹੜੀ ਹੈ ਉਹ ਨਹੀਂ ਕੀਤੀ ਜਾਵੇਗੀ ਇਹ ਵਿਕਰਮਜੀਤਿਆ ਹੁਣਾਂ ਨੂੰ ਸਖਤ ਨਿਰਦੇਸ਼ ਜੜਿਆ ਅਦਾਲਤ ਦੇ ਵੱਲੋਂ ਦਿੱਤੇ ਗਏ ਆ ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਸੀਐਮ ਮਾਨ ਦੇ ਓਐਸਡੀ ਰਾਜਵੀਰ ਸਿੰਘ ਦੇ ਉੱਪਰ ਵਿਕਰਮਜੀਤ ਮਜੀਠੀਆ ਹੁਣਾਂ ਨੇ ਟਿੱਪਣੀ ਕੀਤੀ ਸੀ ਜਿਸ ਨੂੰ ਲੈ ਕੇ ਰਾਜਵੀਰ ਸਿੰਘ ਹੁਣਾਂ ਨੇ ਵਿਕਰਮਜੀਤ ਮਜੀਠੀਆ ਤੇ ਕੇਸ ਜੜਾ ਉਹ ਦਰਜ ਕਰਵਾ ਦਿੱਤਾ ਹੈ ਕਿ ਮੈਨੂੰ ਮੇਰੇ ਅਕਸ ਨੂੰ ਠੇਸ ਪਹੁੰਚੀ ਹੈ ਮੇਰੇ ਤੇ ਗਲਤ ਟਿੱਪਣੀ ਕੀਤੀ ਗਈ ਹੈ ਤਾਂ ਮਾਨ ਹਾਨੀ ਦਾ ਕੇਸ ਜਿਹੜਾ ਆ ਉਹ ਕੋਰਟ ਦੇ ਵਿੱਚ ਦਰਜ ਕਰਵਾਇਆ ਸੀ ਜਿਸ ਨੂੰ ਲੈ ਕੇ ਹੁਣ ਅਦਾਲਤ ਨੇ ਇਹ ਸਖਤ ਨਿਰਦੇਸ਼ ਵਿਕਰਮਜੀਤ ਮਜੀਠੀਆ ਹੁਣਾਂ ਨੂੰ ਦਿੱਤੇ ਨੇ ਕਿ ਉਹਨਾਂ ਦੇ ਖਿਲਾਫ ਕੋਈ ਵੀ ਗਲਤ ਟਿੱਪਣੀ ਨਾ ਕੀਤੀ ਜਾਵੇ ਕਿਸੇ ਵੀ ਪਲੇਟਫਾਰਮ ਤੇ ਅਜਿਹਾ ਨਹੀਂ ਹੋਣਾ ਚਾਹੀਦਾ ਤਾਂ ਸਖਤ ਨਿਰਦੇਸ਼ ਜਿਹੜੇ ਆ ਉਹ ਵਿਕਰਮਜੀਤ ਮਜੀਠੀਆ ਹੁਣਾਂ ਨੂੰ ਅਦਾਲਤ ਨੇ ਦਿੱਤੇ ਆ ਤਾਂ ਵੱਡੀ ਰਾਤ ਹੈ ਸੀਮਾਨ ਦੇ ਉਸਟੀ ਦੇ ਵਾਸਤੇ ਤਾਂ ਕੋਰਟ ਦੇ ਵੱਲੋਂ ਸਖਤ ਨਿਰਦੇਸ਼ ਬਿਕਰਮਜੀਤ ਮਜੀਠੀਆ ਹੁਣ ਉਹ ਨ ਦੇ ਦਿੱਤੇ ਨੇ ਕਿ ਰਾਜਵੀਰ ਸਿੰਘ ਦੇ ਖਿਲਾਫ ਕੋਈ ਵੀ ਟਿੱਪਣੀ ਕਿਸੇ ਵੀ ਪਲੇਟਫਾਰਮ ਤੇ ਨਹੀਂ ਕੀਤੀ ਜਾਵੇਗੀ